पता नहीं की कुछ लटाई जानी है मेरे पुत की कमाई का। पैसे कटाए हुई आते ने इतने झाड़ा नू लग गए जो उगते ने। हाँ जी मम्मी तुम ठीक हो ना हूँ? चल बस शुक्र है यही गल कि तुम ठीक हो। वह कोई गल नहीं मम्मी, फिर की हो गया, पैसों की कड़ी गल, जो मर्जी दे दौ, इन्नी टेंशन ना लो, मुड़ के कित फिर ना बीमार हो जाओ। कोई गल नहीं, दिते जाएंगे पैसे। कोई गल नहीं मम्मी, तुम टेंशन ना लो, फिर की होंगे वा, बंदा ही बंदे के काम आता ना मम्मी। जे मैं नहीं मम्मी अज तुहाडे काम आऊगी तो होर कौन आऊगा, तो नाले मैं कहड़ा बगानी है, तुहाडी अपनी आ। चलो ठीक है मम्मी, फिर मैं लगता ये आ गए। ओके आ गए तुसी? आहो यार, पानी लियावा? नहीं पानी नहीं, ओ तन मैं पैसे फड़ाई जड़े चाहिए मैनूं दे माड़ा जिहा। पैसे जरूरी चाहिए हुणे? हाँ यार, मैं देने सी किसे नूं। ओ तां ना कल मम्मी ज्यादा सीरियस सीगे। सीरियस सीगे की मतलब? हॉस्पिटल जाना पै गया, उन्हां नूं तां बहुत अर्जेंट है। अच्छा, ਤਾਂ ਕਰਕੇ ਤੇ ਭਰਾ ਨੇ ਮੈਨੂੰ ਫੋਨ ਕੀਤਾ, ਕਹਿੰਦਾ ਵੀ ਤੇਰੇ ਕੋਲ ਪੈਸੇ ਹੈਗੇ ਆ, ਤੇ ਮੈਂ ਕਹਿਤਾ ਹਾਂ, ਤੇ ਉਹੀ ਪੈਸੇ ਫਿਰ ਮੈਂ ਉਹਨੂੰ ਚੱਕ ਕੇ ਦਿੱਤੇ ਜਲਦੀ ਜਲਦੀ ਚ। ਅੱਛਾ, ਤੇ ਕਿਵੇਂ ਹੁਣ ਤੇਰੀ ਮੰਮੀ ਠੀਕ ਆ? ਹਾਂਜੀ, ਹੁਣ ਉਹਨਾਂ ਦਾ ਹੀ ਫੋਨ ਆਇਆ ਹੋਇਆ ਸੀਗਾ, ਉਹਨਾਂ ਨਾਲ ਹੀ ਗੱਲ ਕਰਦੀ ਪਈ ਸੀ। ਉਹ ਤਾਂ ਸਗੋਂ ਤੇ ਆਪ ਟੈਨਸ਼ਨ ਲੈ ਰਹੇ ਸੀਗੇ, ਕਹਿੰਦੇ ਕਿਵੇਂ ਮੋੜਾਂਗੇ ਤੇਰੇ ਪੈਸੇ ਅਸੀਂ। ਚੱਲ ਟੈਨਸ਼ਨ ਲੈਣ ਦੀ ਕਿਹੜੀ ਗੱਲ ਆ, ਉਹ ਚ ਸਭ ਤੋਂ ਵੱਡੀ ਗੱਲ ਆ ਜਾਨ ਬਚ ਗਈ ਨਾ, ਹੋਰ ਕੋਈ ਚੱਕਰ ਨਹੀਂ ਪੈਸੇ ਕੋਲ ਦਾ, ਪੈਸੇ ਬਹੁਤ ਆਉਂਦੇ ਜਾਂਦੇ ਰਹਿੰਦੇ ਆ। ਔਰ ਤਾਂ ਕੋਈ ਚੱਕਰ ਨਹੀਂ ਮੰਮੀ ਨੂੰ, ਇਦਾਂ ਵਾ ਵੀ ਕੁੜੀਆਂ ਦੇ ਪੈਸੇ ਲਈਦੇ ਨਹੀਂ ਨਾ, ਉਹ ਇਹੀ ਗੱਲਾਂ ਕਰੀ ਜਾਂਦੇ ਸੀ। ਨਹੀਂ ਕੋਈ ਚੱਕਰ ਨਹੀਂ, ਇਦਾਂ ਨਹੀਂ ਕੋਈ ਗੱਲ ਹੈਗੀ। ਮੈਂ ਤਾਂ ਸਗੋਂ ਤੇ ਆਪ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਵੋ ਇਸ ਗੱਲ ਦੀ, ਕਿਤੇ ਦੁਬਾਰਾ ਨਾ ਬਿਮਾਰ ਹੋ ਜੀ। ਚਲੋ ਕੋਈ ਨਹੀਂ, ਉਹਨੂੰ ਕਹਿ ਟੈਨਸ਼ਨ ਨਾ ਲੈਣ ਮੰਮੀ ਨੂੰ, ਵੀ ਧਿਆਨ ਰੱਖਣਾ ਆਪਦਾ, ਮੈਂ ਹੋਰ ਕਿਤੇ ਅਰੇਂਜ ਕਰ ਲੈਣਾ ਕੋਈ ਨਹੀਂ ਪੈਸਿਆਂ ਦਾ, ਠੀਕ ਆ? ਹਾਂਜੀ ਹਾਂਜੀ, ਚਲ ਠੀਕ ਆ, ਬੈਠ। ਮੈਂ ਤਾਂ ਕਹਿੰਦੀ ਸੀ ਲੱਗਦੇ ਆਖੀ ਇਹਨਾਂ ਨੂੰ ਕਹਿ ਦਿੰਦੀ ਵੀ ਗੇੜਾ ਵੀ ਕੱਢੇ ਉਹਨੇ ਆਪਾਂ। ਚੱਲ ਪਹਿਲਾਂ ਇਹਨਾਂ ਨੂੰ ਪੈਸਿਆਂ ਦੀ ਵੇਰਮਿੰਟ ਕਰ ਲੈਂਦੇ ਫਿਰ ਜਾ ਜਾਂਦੇ। ਅੱਛਾ, ਤਾਂ ਪੇਕਿਆਂ ਨੂੰ ਪੈਸੇ ਲਟਾਏ ਜਾ ਰਹੇ ਨੇ, ਇਹਨੂੰ ਤਾਂ ਮੈਂ ਪੁੱਛਦੀ ਹਾਂ ਵੀ ਕਿਵੇਂ ਦੇਈਦੇ ਨੇ ਉਹਨਾਂ ਨੂੰ। ਇਹ ਕੀ ਗੱਲ ਆ ਨੀ, ਇਹ ਮੇਰੇ ਪੁੱਤ ਦੀ ਕਮਾਈ ਕਿਵੇਂ ਤੂੰ ਪੇਕਿਆਂ ਨੂੰ ਲਟਾਈ ਜਾ ਰਹੀ ਹੈ? ਕੀ ਮਤਲਬ ਆ ਤੇਰਾ? ਮੈਂ ਕਦੋਂ ਲਟਾਈ ਆ? ਮੈਂ ਸੁਣ ਲਈ ਸਾਰੀ ਗੱਲ ਜਿਹੜੀ ਗੱਲ ਤੂੰ ਮੁੰਡੇ ਨੂੰ ਕਰਦੀ ਸੀਗੀ। ਪਤਾ ਨਹੀਂ ਕੀ ਕੁਛ ਲਟਾਈ ਜਾਂਦੀ ਹੈ ਮੇਰੇ ਪੁੱਤ ਦੀ ਕਮਾਈ ਦਾ, ਪੈਸੇ ਕਢਾਏ ਹੋਈ ਆਉਂਦੇ ਨੇ ਇੱਥੇ ਝਾੜਾਂ ਨੂੰ ਲੱਗਦੇ ਜੇ ਉੱਗਦੇ ਨੇ, ਜਿਹੜੇ ਤੂੰ ਚੱਕ ਚੱਕ ਕੇ ਪੇਕਿਆਂ ਨੂੰ ਦੇਈ ਜਾਂਦੀ ਹੈ, ਉਹਨਾਂ ਦਾ ਬੱਬਰ ਭਰੀ ਜਾਂਦੀ ਹੈ। ਮੰਮੀ ਇੱਦਾਂ ਕਾਹਤੋਂ ਬੋਲਦੇ ਹੋ ਤੁਸੀਂ? ਉਹ ਤਾਂ ਮੇਰੀ ਮੰਮੀ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਸੀਗੀ, ਤਾਂ ਕਰਕੇ ਮੈਨੂੰ ਮਜਬੂਰੀ 'ਚ ਦੇਣੇ ਪਏ, ਨਹੀਂ ਤਾਂ ਅੱਗੇ ਮੈਂ ਕਦੀ ਕੁਛ ਵੀ ਨਹੀਂ ਦਿੱਤਾ, ਸਗੋਂ ਤਾਂ ਮੈਂ ਉਹਨਾਂ ਤੋਂ ਲੈ ਕੇ ਹੀ ਆਉਂਦੀ ਹਾਂ ਜਦ ਵੀ ਆਉਂਦੀ ਹਾਂ, ਮੈਂ ਤਾਂ ਕਦੇ ਨਹੀਂ ਉਹਨਾਂ ਨੂੰ ਕਦੇ ਕੁਛ ਦਿੱਤਾ ਹੈਗਾ। ਮੈਨੂੰ ਪਤਾ ਮੈਂ ਸਮਝਦੀ ਹਾਂ ਜਿਹੜਾ ਕੁਛ ਤੂੰ ਦਿੰਦੀ ਹੈ ਜਾਂ ਨਹੀਂ ਦਿੰਦੀ, ਮੈਨੂੰ ਪਤਾ ਤਾਂ ਮੇਰੀਆਂ ਕਈ ਚੀਜ਼ਾਂ ਨਹੀਂ ਲੱਭਦੀਆਂ, ਖਬਰਾਂ ਕੀ ਕੁਛ ਦਿੰਦੀ ਹੈ ਤੂੰ। ਮੰਮੀ ਤੁਸੀਂ ਗਲਤ ਸੋਚਦੇ ਹੋ, ਮੈਂ ਤਾਂ ਕਦੇ ਕੋਈ ਚੀਜ਼ ਨਹੀਂ ਲੈ ਕੇ ਆਈ, ਸਗੋਂ ਤਾਂ ਉੱਥੋਂ ਦੇ ਕੋਈ ਨਾ ਕੋਈ ਚੀਜ਼ ਬਣਾ ਕੇ ਹੀ ਲਿਆਉਂਦੀ ਹਾਂ, ਕਦੇ ਨਹੀਂ ਇੱਦਾਂ ਹੋਇਆ ਹੈਗਾ ਕਿ ਮੈਂ ਮੰਮੀ ਨੂੰ ਕਦੇ ਕੁਛ ਦਿੱਤਾ ਹੋਵੇ ਆਪਦੀ ਨੂੰ, ਕਦੇ ਚੁੰਨੀ ਤੱਕ ਨਹੀਂ ਮਾਂ ਮੁੱਤੀ ਨੂੰ ਮੈਂ ਲੈ ਕੇ ਦਿੱਤੀ ਹੈਗੀ। ਤੁਸੀਂ ਕਿੱਦਾਂ ਸੋਚ ਲਿਆ ਕਿ ਮੈਂ ਉੱਥੇ ਨੂੰ ਸਮਾਨ ਦਿੰਦੀ ਹਾਂ, ਨਾਲੇ ਕਿਹੜੀ ਮਾਂ ਇਹ ਜੀ ਹੁੰਦੀ ਆ ਜਿਹੜੀ ਆਪਦੀ ਧੀ ਦਾ ਸਮਾਨ ਨਾਲ ਲੈ ਲੈ ਕੇ ਰੱਖੀ ਜਾਊਗੀ। ਮੈਂ ਤਾਂ ਹੁਣ ਕੰਨੀ ਸੁਣ ਲਈ ਗੱਲ, ਖਬਰਾਂ ਮੈਨੂੰ ਕੀ ਪਤਾ ਕੀ ਕੁਛ ਦਿੰਨੀ ਆ ਤੂੰ ਮੁੰਡੇ ਨੂੰ ਮੁੱਠੀ 'ਚ ਲੈ ਕੇ। ਇਹੋ ਜਿਹਾ ਉਹ ਪਾਗਲ ਆ ਮੇਰਾ ਮੁੰਡਾ ਜਿਹੜਾ ਤੈਨੂੰ ਫੜਾ ਦਿੰਦਾ, ਚੁੱਪ ਕਰਕੇ ਤੂੰ ਗਾਹਾਂ ਧੱਕੀ ਜਾਂਦੀ ਆ, ਕਦੇ ਨਹੀਂ ਤੈਨੂੰ ਪੁੱਛਿਆ ਵੀ ਕਿੱਥੇ ਗਏ ਨੇ ਪੈਸੇ, ਦੱਸ ਮੈਨੂੰ ਇਹਦਾ ਹਿਸਾਬ ਦੇ। ਮੰਮੀ ਮੈਨੂੰ ਤਾਂ ਕਦੇ ਉਹਨਾਂ ਨੇ ਕੋਈ ਫਾਲਤੂ ਪੈਸੇ ਲਿਆ ਕੇ ਫੜਾਏ, ਇਹ ਵੀ ਕਿਸੇ ਦੇ ਫੜਾਏ ਹੋਏ ਸੀ, ਹਮੇਸ਼ਾ ਤੁਹਾਨੂੰ ਪੈਸੇ ਦਿੰਦੇ ਆ, ਤੁਸੀਂ ਕਿੱਦਾਂ ਇਹ ਗੱਲ ਸੋਚ ਲਈ? ਮੈਨੂੰ ਕੀ ਪਤਾ, ਹੁਣ ਮੇਰੇ ਸਾਹਮਣੇ ਤਾਂ ਜਿਹੜੀ ਮੈਂ ਗੱਲ ਸੁਣ ਲਈ ਨਾ, ਮੈਂ ਤਾਂ ਉਹੀ ਸੱਚ ਮੰਨਣੀ ਆ। ਫਿਰ ਰੋ ਕੇ ਨਾ ਸਾਲ ਉਹਨਾਂ ਨੂੰ ਫੋਨ ਕਰਕੇ ਕਹਿ, ਚਾਹੇ ਸੁਨੇਹਾ ਦੇ ਕੋਈ ਵੀ ਸਾਡੇ ਪੈਸੇ ਮੋੜ ਕੇ ਜਾਣ, ਮੁੰਡਾ ਤੇ ਕਿੰਨੀ ਟੈਨਸ਼ਨ ਦੇ ਵਿੱਚ ਆ, ਉਹਦਾ ਅੱਗੇ ਹੱਥ ਪੈਟ ਆ। ਮੰਮੀ ਉਹਨਾਂ ਨੂੰ ਮੈਂ ਹੁਣ ਕਿਵੇਂ ਕਹੂੰਗੀ, ਨਾਲੇ ਉਹ ਕਿੱਥੋਂ ਲੈ ਕੇ ਆਉਣਗੇ, ਉਹਨਾਂ ਨੇ ਤਾਂ ਮਸੀ ਟਾਈਮ ਸਾਰਿਆ ਉਹਦਾ। ਮੈਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਸਾਰਿਆ ਜਾਂ ਨਹੀਂ ਸਾਰਿਆ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ, ਚੁੱਪ ਕਰਕੇ ਜਿਵੇਂ ਵੀ ਪੈਸੇ ਦਿੱਤੇ ਉਹ ਕਣੀ ਉਹਨਾਂ ਨੂੰ ਕਹਿ ਫੋਨ ਕਰਕੇ। ਮੰਮੀ ਦੇ ਕੇ ਜਾਣ ਤੂੰ ਪੁੱਤ? ਹਾਂ ਮੰਮੀ ਮੈਂ ਆ ਗਿਆ, ਬਹਿ ਜਾ। ਬੈਠਣਾ ਤਾਂ ਬਾਅਦ ਆ ਮੰਮੀ, ਤੂੰ ਕੀ ਗੱਲਾਂ ਕਹਿ ਰਹੀ ਹੈ, ਮੈਂ ਸਾਰੀਆਂ ਗੱਲਾਂ ਸੁਣੀਆਂ ਨੇ, ਕੋਈ ਚੰਗੀ ਗੱਲ ਹੈ ਕਹਿਣ ਵਾਸਤੇ ਵੀ ਜਾ ਉੱਥੋਂ ਪੈਸੇ ਮੰਗਾ? ਮੰਮੀ ਉਹਨੂੰ ਲੋੜ ਸੀ ਤਾਂ ਹੀ ਉੱਤੇ ਆਉਣੇ, ਘਰੇ ਤਾਂ ਤੈਨੂੰ ਪਤਾ ਹੀ ਆਪਣਾ ਕਿੰਨਾ ਹੱਥ ਟਾਇਟ ਆ। ਮੰਮੀ ਹੱਥ ਜਿੰਨਾ ਮਰਜ਼ੀ ਟਾਇਟ ਹੋਵੇ ਇਹਦਾ ਮਤਲਬ ਕੀ ਕਿ ਇਨਸਾਨ ਇਨਸਾਨ ਦੇ ਕੰਮ ਨਹੀਂ ਆ ਸਕਦਾ, ਨਾਲੇ ਉਹ ਤਾਂ ਫਿਰ ਮੇਰੀ ਸੱਸ ਆ, ਮੇਰੀ ਮਾਂ ਲੱਗਦੀ ਉਹ ਵੀ, ਅਤੇ ਜੇ ਉਹ ਬਿਮਾਰ ਹੋ ਗਈ ਕੱਲ੍ਹ ਤੂੰ ਬਿਮਾਰ ਹੋਵੇਂ ਮੈਂ ਤੇਰੇ ਕੰਮ ਨਹੀਂ ਆਊਂਗਾ, ਮੈਨੂੰ ਪੈਸਾ ਜ਼ਰੂਰੀ ਹੋਊ ਜਾਂ ਤੂੰ ਜ਼ਰੂਰੀ ਹੈ? ਅਤੇ ਮੰਮੀ ਪੈਸਾ ਇਨਸਾਨ ਦੀ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ,
ਨਾਲੇ ਉਹ ਦਿਨ ਭੁੱਲ ਗਈ ਤੂੰ ਜਦੋਂ ਮੈਂ ਬਿਮਾਰ ਸੀਗਾ ਉਹਦੇ ਭਰਾ ਨੇ ਕਿੰਨੀ ਹੈਲਪ ਕੀਤੀ ਸਾਡੀ ਜਦ ਉਹਨਾਂ ਲੋੜ ਪੈ ਗਈ ਤਾਂ ਤੂੰ ਮੈਨੂੰ ਬੋਲਣ ਲੱਗ ਗਈ ਵੀ ਕਿਉਂ ਦਿੱਤੇ ਪੈਸੇ ਕੀ ਮਤਲਬ ਆ ਜਦ ਮੈਂ ਨਹੀਂ ਮੰਮੀ ਕੁਛ ਕਿਹਾ ਮੈਂ ਉਹ ਚੀਜ਼ ਨੂੰ ਸਮਝਿਆ ਤੈਨੂੰ ਵੀ ਚੀਜ਼ ਸਮਝਣੀ ਚਾਹੀਦੀ ਸੀ ਅਤੇ ਮੰਮੀ ਤੈਨੂੰ ਯਾਦ ਹੋਣਾ ਵਾ ਉਹ ਪੈਸਿਆਂ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਉਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਪੈਸੇ ਵਾਪਸ ਦੇ ਦਿਓ ਫਿਰ ਵੀ ਤੂੰ ਇਹ ਗੱਲ ਕਰਦੀ ਨਾਲੇ ਮੰਮੀ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਮਾਂ ਬਾਪ ਕਦੇ ਵੀ ਧੀਆਂ ਤੋਂ ਲੈਂਦੇ ਨਹੀਂ ਗੇ ਹਮੇਸ਼ਾ ਦਿੰਦੇ ਹੀ ਨੇ ਤੇ ਜੇਕਰ ਅੱਜ ਉਹਨਾਂ ਨੂੰ ਜ਼ਰੂਰਤ ਪੈ ਗਈ ਸੀ ਨਾ ਜੇ ਮੈਂ ਦੇ ਵੀ ਦਿੱਤੇ ਸੀ ਨਾ ਟਾਈਮ ਤੇ ਤਾਂ ਉਹਨਾਂ ਨੇ ਤਾਂ ਮੈਨੂੰ ਦੁੱਗਣੇ ਕਰਕੇ ਹੀ ਮੋੜ ਦੇਣੇ ਸੀ ਉਹ ਤਾਂ ਕਦੇ ਵੀ ਨਹੀਂ ਮੇਰੇ ਪੈਸੇ ਰੱਖਦੇ ਅੱਗੇ ਵੀ ਹਮੇਸ਼ਾ ਮੈਨੂੰ ਭਰੇ ਹੱਥ ਭੇਜਦੇ ਨੇ ਕਦੇ ਮੈਨੂੰ ਖਾਲੀ ਨਹੀਂ ਭੇਜਿਆ ਉਹਨਾਂ ਨੇ ਉਰੇ ਤੇ ਨਾਲੇ ਮੰਮੀ ਬਿਮਾਰੀ ਠਮਾਰੀ ਦੇ ਵਿੱਚ ਨਾ ਪੈਸੇ ਦੀ ਕਿਸੇ ਨੂੰ ਜ਼ਰੂਰਤ ਹੀ ਪੈ ਸਕਦੀ ਆ ਤੇ ਆਪਾਂ ਨੂੰ ਉਦੋਂ ਭੱਜਣਾ ਨਹੀਂ ਚਾਹੀਦਾ ਆਪਾਂ ਨੂੰ ਉਦੋਂ ਖੜ ਕੇ ਸਪੋਰਟ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਤਾਂ ਹੀ ਆਪਾਂ ਪਤਾ ਲੱਗੂ ਕਿ ਆਪਾਂ ਇਨਸਾਨ ਆ ਜੇ ਆਪਾਂ ਕਿਸੇ ਹੈਲਪ ਨਹੀਂ ਨਾ ਕਰ ਸਕਦੇ ਤਾਂ ਆਪਣੇ 'ਚ ਕੋਈ ਇਨਸਾਨੀ ਦਾ ਗੱਲ ਨਹੀਂ ਹੈਗੀ ਚੰਗਾ ਪੁੱਤ ਜਿਵੇਂ ਕੀਤਾ ਤਾਂ ਠੀਕ ਹੀ ਕੀਤਾ ਫਿਰ ਵਧੀਆ ਹਾਂਜੀ ਜੀ ਅਸੀਂ ਤੁਹਾਨੂੰ ਵੀ ਇਹੀ ਮੈਸੇਜ ਦੇਵਾਂਗੇ ਕਿ ਦੇਖੋ ਭੈਣ ਭਰਾ ਦੇ ਵਿੱਚ ਹੋਰ ਕੋਈ ਰਿਸ਼ਤਾ ਨਹੀਂ ਹੁੰਦਾ ਹੈਗਾ ਇਸ ਤੋਂ ਵੱਢ ਕੇ ਕਿ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਜਦੋਂ ਉਹਨਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਤੇ ਬਿਮਾਰੀ ਠਮਾਰੀ ਦੇ ਵਿੱਚ ਤਾਂ ਵੈਸੇ ਵੀ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਖੁਸ਼ੀ ਦੇ ਟਾਈਮ ਚਾਹੇ ਇੱਕ ਦੂਜੇ ਨੂੰ ਬੁਲਾਓ ਨਾ ਪਰ ਲੇਕਿਨ ਦੁੱਖ ਦੇ ਟਾਈਮ ਅਗਲੇ ਤੋਂ ਕਦੀ ਵੀ ਮੂੰਹ ਨਾ ਫੇਰੋ ਬਿਲਕੁਲ ਕਿਉਂਕਿ ਦੁੱਖ ਜਲਦੀ ਦੱਸ ਕੇ ਨਹੀਂ ਆਉਂਦਾ ਤੇ ਕਿਸੇ ਦੇ ਵੀ ਦੁੱਖ ਪੈ ਸਕਦਾ ਸੋ ਹਮੇਸ਼ਾ ਇੱਕ ਦੂਜੇ ਦੀ ਹੈਲਪ ਕਰੋ ਤਾਂ ਕਿ ਪਿਆਰ ਹਮੇਸ਼ਾ ਬਣਿਆ ਰਹੇ ਬਾਕੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਪੇਜ ਨੂੰ ਫੋਲੋ ਲਾਈਕ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਐਕਸ਼ਨ ਉਹ ਤਾਂ ਨਾ ਕੱਲ ਮੰਮੀ ਜ਼ਿਆਦਾ ਸੀ ਮੈਂ ਉਹ ਤਾਂ ਮੰਮੀ ਤਾਂ ਜ਼ਿਆਦਾ ਸੀਰੀਅਸ ਹੋ ਗਈ ਨਾ ਸੀਰੀਅਸ ਹੋ ਗਿਆ ਕੀ ਹੋ ਗਿਆ ਇਹ ਹੋ ਗਿਆ ਠੀਕ ਉਹ ਤਾਂ ਨਾ ਮੰਮੀ ਦੱਸ ਮੰਮੀ ਚੰਗੀ ਤਰ੍ਹਾਂ ਦੇ ਚਲ ਬੋਲੋ ਹੁਣ ਰੋਣ ਦੀ ਬਜਾਏ ਹੱਸਣਾ ਜਿਵੇਂ ਵੀ ਪੈਸੇ ਦਿੱਤੇ ਉਹਨਾਂ ਨੂੰ ਕਹਿ ਫੋਨ ਕਰਕੇ ਮੰਮੀ ਦੇ ਕੇ ਜਾਣ ਹਾਂ ਐਕਸ਼ਨ ਚੱਲ ਚੱਲ ਰੱਖ ਤੂੰ ਕੈਮਰਾ ਸਿੱਧਾ ਰੱਖੇਗਾ ਤੂੰ ਕੈਮਰਾ ਸਾਈਡ ਤੇ ਕਿਉਂ ਕਰਦਾ ਹੱਸੀ ਜਾਣਾ ਚਾਹੇ ਐਕਸ਼ਨ ਉਹਦਾ ਨਹੀਂ ਸੀ ਉਹਦੇ ਮਨ ਨੂੰ ਕੀ ਕਰਦੇ ਆ ਐਕਸ਼ਨ ਹਾਂ ਪੁੱਤ ਹਾਂ ਨਹੀਂ ਤੂੰ ਪੁੱਤ ਓਏ ਵੱਡੂ ਤੈਨੂੰ ਹਾਂ ਐਕਸ਼ਨ